ਤੇ ਵੀਵਰ ਸੇ ਸਿਨੇਮੈਟਿਕ ਸ਼ਾਟ ਤੁਸੀਂ ਦੇਖ ਹੀ ਲਏ ਤੇ ਇਹਨੇ ਜੀਪ ਬਾਜ਼ਾਰ ਦੇ ਗੁਰੂ ਨਾਨਕ ਜੀਪ ਬਾਜ਼ਾਰ ਦੇ ਓਨਰ ਤੇ ਸਰ ਥੋੜਾ ਜਿਹਾ ਆਪਣੇ ਜੀਪ ਬਾਜ਼ਾਰ ਬਾਰੇ ਦੱਸੋ ਵੀ ਕਿੰਨੇ ਟਾਈਮ ਤੋਂ ਤੁਸੀਂ ਇਸ ਕਾਰ ਆਪਣੇ ਜੀਪ ਮਾਰਕੀਟ ਦੇ ਵਿੱਚ ਕੰਮ ਕਰਦੇ ਪਏ ਹੋ ਆਪਣਾ ਅਸੀਂ ਇਹ ਪਿਛਲੇ 20 ਸਾਲ ਤੋਂ ਕੰਮ ਕਰ ਰਹੇ ਹਾਂ ਜੀ ਓਕੇ ਪਹਿਲਾਂ ਮੇਰੇ ਫਾਦਰ ਸਾਹਿਬ ਕੰਮ ਕਰਦੇ ਸੀਗੇ ਤੇ ਹੁਣ ਉਹਨਾਂ ਨਾਲ ਮੈਂ ਵੀ ਨਾਲ ਕੰਮ ਕਰ ਰਿਹਾ ਸਾਨੂੰ 20 ਸਾਲ ਹੋ ਗਏ ਤਕਰੀਬਨ ਇਹ ਕੰਮ ਕਰਦੇ ਆ ਅੱਛਾ 20 ਸਾਲ ਤੋਂ ਆਪਣਾ ਆਪਣੇ ਮੋਗੇ ਦੇ ਵਿੱਚ ਹੀ ਹੋ ਤੁਸੀਂ ਹੈਨਾ ਮੋਗੇ ਦੇ ਵਿੱਚ ਇਸੇ ਹੀਰਾ ਸਿੰਘ ਬਿਲਡਿੰਗ ਦੇ ਬਿਲਕੁਲ ਤੇ ਕਾਫੀ ਫੇਮਸ ਨੇ ਤੁਸੀਂ ਵੀਡੀਓ ਸ਼ਾਇਦ ਦੇਖੀ ਹੋਣੀ ਆ ਜੋ ਵੀ ਪੁਰਾਣੇ ਸਬਸਕ੍ਰਾਈਬਰ ਨੇ ਪਹਿਲਾਂ 8 ਕੁ ਮਹੀਨੇ ਹੋ ਗਏ ਸੀਗੇ ਇੱਕ ਵੀਡੀਓ ਪਾਈ ਸੀ ਤੇ ਕਾਫੀ ਵਧੀਆ ਕੰਡੀਸ਼ਨ ਦੇ ਵਿੱਚ ਮੋਡੀਫਿਕੇਸ਼ਨ ਕਰਵਾ ਵੀ ਸਕਦੇ ਹੋ ਤੇ ਕੁਝ ਤਿਆਰ ਵੀ ਨੇ ਉਹਨਾਂ ਦੇ ਡਿਟੇਲ ਵਗੈਰਾ ਵੀ ਤੁਹਾਨੂੰ ਦੱਸੂਗਾ ਸਰ ਆਪਾਂ ਬੇਸਿਕਲੀ ਕਿਸ ਟਾਈਪ ਦੇ ਮੋਡੀਫਿਕੇਸ਼ਨ ਕਰਦੇ ਆ ਹਰ ਤਰ੍ਹਾਂ ਦੇ ਜਾਂ ਕਿਦਾਂ ਦੇ ਕਸਟਮਰ ਦੀ ਰਿਕੁਆਇਰਮੈਂਟ ਤੇ ਹਰ ਤਰ੍ਹਾਂ ਦੀ ਮੋਡੀਫਾਈ ਕਰਦੇ ਨੇ ਜਿਵੇਂ ਵੀ ਕਸਟਮਰ ਦੀ ਰਿਕੁਆਇਰਮੈਂਟ ਹੋਊਗੀ ਜੋ ਪ੍ਰਾਈਸ ਦੇ ਵਿੱਚ ਕਸਟਮਰ ਜੀਪ ਤਿਆਰ ਚਾਹੁੰਦਾ ਵਾ ਆਪਾਂ ਹਰੇਕ ਪ੍ਰਾਈਸ ਦੀ ਜੀਪ ਤਿਆਰ ਕਰ ਦਿੰਦੇ ਮਤਲਬ ਕਸਟਮਰ ਦੀ ਕੋਈ ਡਿਮਾਂਡ ਹੋਵੇ ਵੀ ਟਾਇਰ ਸਾਨੂੰ ਇਦਾਂ ਨਹੀਂ ਇਦਾਂ ਦੇ ਲਵਾਣੇ ਆ ਮਤਲਬ ਹੈ ਨਾ ਕੋਈ ਵੀ ਚੀਜ਼ ਹਾਂਜੀ ਹਾਂਜੀ ਉਹਨਾਂ ਦੇ ਬਜਟ ਦੇ ਅਕੋਰਡਿੰਗ ਟਾਇਰ ਚੇਂਜ ਕਰਨੇ ਮੌਕੇ ਦੇ ਵਿੱਚ ਵੀ ਗੱਡੀ ਤਿਆਰ ਕੱਢੀ ਉਹਦੇ 'ਚ ਵੀ ਟਾਇਰ ਚੇਂਜ ਦੇ ਰੇਟ ਦੇ ਐਡਜਸਟਮੈਂਟ ਜਿਹੜੀ ਹੋ ਜਾਂਦੀ ਹੈ ਜੀ ਠੀਕ ਹੈ ਤੇ ਮਤਲਬ ਇਹ ਹੈ ਕਿ ਮੋਡੀਫਿਕੇਸ਼ਨ ਕਰਵਾ ਵੀ ਸਕਦੇ ਆਪਣੇ ਕੋਲੋਂ ਤੇ ਬਣੀ ਬਣਾਈ ਵੀ ਲੈ ਜਾ ਸਕਦੇ ਨੇ ਹਾਂਜੀ ਆਪਣੇ ਕੋਲ ਆਪਾਂ ਮੋਡੀਫਾਈ ਕਰਕੇ ਵੀ ਦਿੰਦੇ ਆ ਜੇ ਕੋਈ ਰਿਕੁਆਇਰਮੈਂਟ ਹੈ ਗਾਹਕ ਦੀ ਜੇ ਆਪਣੇ ਕੋਲ ਅਵੇਲੇਬਲ ਜਿਵੇਂ ਗੱਡੀਆਂ ਤਿਆਰ ਖੜੀਆਂ ਹੁੰਦੀਆਂ ਉਹ ਚਾਹੀਦੀਆਂ ਉਹ ਵੀ ਹਰ ਟਾਈਮ ਆਪਣੇ ਕੋਲ ਖੜੀਆਂ ਠੀਕ ਹੈ ਤੇ ਸਰ ਥੋੜੀ ਜਿਹੀ ਡਿਟੇਲ ਲੈਣਾ ਚਾਹੂੰਗਾ ਇਸ ਜੀਪ ਬਾਰੇ ਇਹਦੇ ਵਿੱਚ ਕੀ ਮੋਡੀਫਿਕੇਸ਼ਨ ਹੈ ਕਰ ਚੁੱਕੇ ਹੋ ਤੇ ਕੀ ਪ੍ਰਾਈਸ ਬਣਦਾ ਕਿੰਨਾ ਮਾਡਲ ਆ ਥੋੜੀ ਜਿਹੀ ਡਿਟੇਲ ਦੱਸਿਓ ਇਹਦੇ ਵਿੱਚ ਇਹ 2006 ਮਾਡਲ ਜੈਸੀ ਦੀ ਮਿਲਟਰੀ ਵਾਲੀ ਜੈਸੀ ਦੀ ਗੱਡੀ ਹੈ ਜੀ ਇਹ 2034 ਤੱਕ ਇਹਦੀ ਪਾਸਿੰਗ ਆ ਹਾਂਜੀ ਬਿਲਕੁਲ ਬ੍ਰੈਂਡ ਨਿਊ ਤਿਆਰ ਗੱਡੀ ਹੈ ਬਲੈਰੋ ਟਰਬੋ ਦਾ ਇੰਜਨ ਹੈ ਇਹਦੇ ਜੀ ਪਾਵਰ ਸਟੀਅਰਿੰਗ ਆ ਪਾਵਰ ਕਲੱਚ ਆ ਪਾਵਰ ਬ੍ਰੇਕ ਆ ਜੀ ਤੇ ਵੀਵਰਸ ਤੁਹਾਨੂੰ ਮੈਂ ਦਿਖਾਣਾ ਚਾਹੂੰਗਾ ਹਰੇਕ ਚੀਜ਼ ਨਿਊ ਆ ਕੋਈ ਵੀ ਪੁਰਾਣਾ ਕੁਝ ਵੀ ਹੈ ਨਹੀਂ ਸਾਰਾ ਕੁਝ ਨਿਊ ਆ ਤੁਸੀਂ ਹਰੇਕ ਚੀਜ਼ ਨੂੰ ਆਪਣੇ ਤਰੀਕੇ ਨਾਲ ਵੀ ਮੋਡੀਫਿਕੇਸ਼ਨ ਕਰਵਾ ਸਕਦੇ ਹੋ ਫਿਲਹਾਲ ਤਾਂ ਅਸੀਂ ਜੋ ਹੈ ਸਾਹਮਣੇ ਖੜੀ ਉਹ ਦਿਖਾਣ ਲੱਗੇ ਆ ਦੇਖ ਸਕਦੇ ਹੋ ਕਾਫੀ ਵਧੀਆ ਕੰਡੀਸ਼ਨ ਦੇ ਵਿੱਚ ਆ ਇਹਦੇ ਵਿੱਚ ਵੀ ਤੁਸੀਂ ਕੁਝ ਚੇਂਜ ਕਰਵਾਉਣਾ ਹੋਵੇ ਤੇ ਉਹ ਵੀ ਚੀਜ਼ ਤੁਸੀਂ ਕਰਵਾ ਸਕਦੇ ਹੋ ਤੇ ਦੇਖ ਸਕਦੇ ਹੋ ਕੀ ਬੰਦਾ ਸਰ ਪ੍ਰਾਈਸ ਕੀ ਡਿਮਾਂਡ ਕੀ ਹੈ ਇਸ ਚੀਜ਼ ਇਹਦਾ ਇਹਦੀ ਡਿਮਾਂਡ ਹੈ 420,000 ਰੁਪਿਆ 420,000 ਬਾਕੀ ਮੌਕੇ ਤੇ ਕਰ ਲਓਗੇ ਹਾਂਜੀ ਬਾਕੀ ਫਾਈਨਲ ਮੌਕੇ ਤੇ ਡਿਸਕਾਊਂਟ ਵਗੈਰਾ ਜੋ ਵੀ ਹੋਊਗਾ ਹੈਨਾ ਹਾਂਜੀ ਤੇ ਬਾਕੀ ਵਿਵਰ ਸੇ ਤੁਹਾਨੂੰ ਮੌਕੇ ਤੇ ਕਰ ਲੈਣਗੇ ਸਾਰਾ ਕੁਝ ਓਰੀਜਨਲ ਆ ਤੇ ਸਾਰਾ ਕੁਝ ਨਿਊ ਆ ਦੇਖ ਸਕਦੇ ਹੋ ਇਹਦੇ ਵਿੱਚ ਕੀ ਕੁਝ ਅਲੱਗ ਤੋਂ ਮੋਡੀਫਿਕੇਸ਼ਨ ਆ ਕੁਝ ਮੈਨੂੰ ਤਾਂ ਇਹਦੇ ਬਾਰੇ ਨੌਲੇਜ ਹੈ ਨਹੀਂ ਤੁਸੀਂ ਦੱਸੋ ਸਰ ਵਗੈਰਾ ਅਲੱਗ ਤੋਂ ਲੱਗ ਗਿਆ ਜੀ ਮੋਡੀਫਿਕੇਸ਼ਨ ਦੇ ਵਿੱਚ ਜੇ ਐਕਸਟਰਾ ਮੋਡੀਫਿਕੇਸ਼ਨ ਚਾਹੁੰਦੇ ਆ ਜਿਵੇਂ ਬੰਪਰ ਅੱਜ ਕੱਲ ਥਾਰ ਵਾਲਾ ਮੂਹਰੇ ਚੱਲ ਰਿਹਾ ਬੰਪਰ ਚੇਂਜ ਹੋ ਜਾਊਗਾ ਜੀ ਇਹਦਾ ਓਕੇ ਐਲਈਡੀ ਬਾਰ ਲਾਈਟਸ ਵਗੈਰਾ ਉੱਤੇ ਲੱਗ ਜਾਣਗੀਆਂ ਹਾਂਜੀ ਟਾਇਰ ਮਿਨੀ ਮੋਸਟਰ ਚੱਲ ਰਿਹਾ ਜ਼ਿਆਦਾ ਅੱਜ ਕੱਲ ਕਸਟਮਰ ਡਿਮਾਂਡ ਕਰਦਾ ਟਾਇਰ ਚੇਂਜ ਹੋ ਜਾਣਗੇ ਜੀ ਮਿਨੀ ਮੋਸਟਰ ਤੇ ਸਰ ਇਹਨੂੰ ਵੀ ਖੋਲ ਕੇ ਦਿਖਾ ਦਈਏ ਇੰਜਨ ਕਿਦਾਂ ਦੇ ਨੇ ਹਾਂਜੀ ਤੇ ਦੇਖੋ ਜੀ ਬਲੈਰੋ ਟਰਬੋ ਦਾ 2012 ਮਾਡਲ ਦਾ ਇੰਜਨ ਹੈ ਜੀ ਬਿਲਕੁਲ ਇੰਜਨ ਵੀ ਬਿਲਕੁਲ ਨਿਊ ਕੰਡੀਸ਼ਨ ਦੇ ਵਿੱਚ ਹੈ ਨਾ ਹਾਂ ਬਿਲਕੁਲ ਨਿਊ ਕੰਡੀਸ਼ਨ ਮਤਲਬ ਨਿਊ ਹੀ ਬਣਿਆ ਫੁੱਲ ਗਾਰੰਟੀ ਹੁੰਦੀ ਹੈ ਜੀ ਸਾਡੀ ਅੱਛਾ ਮਤਲਬ ਕਾਗਜ਼ ਪੱਤਰ ਤੇ ਇੰਜਨ ਵਗੈਰਾ ਸਾਰਾ ਗਾਰੰਟੀ ਦਿੰਦੇ ਹਾਂ ਜੀ ਆਪਾਂ ਨਿਊ ਬੈਟਰੀ ਹੁੰਦੀ ਹੈ ਬਿਲਕੁਲ ਜੀ ਨਵਾਂ ਰੇਡੀਏਟਰ ਹਰ ਚੀਜ਼ ਨਵੀਂ ਲੱਗਦੀ ਹੈ ਜੀ ਵਿਊਅਰਸ ਦੇਖ ਸਕਦੇ ਹੋ ਬਾਕੀ ਤੁਹਾਨੂੰ ਵੀਡੀਓ ਦੇ ਜਰੀਏ ਤੁਹਾਨੂੰ ਦਿਖਾਉਣ ਦੀ ਪ੍ਰੋਪਰ ਕੋਸ਼ਿਸ਼ ਕਰਦੇ ਪਏ ਹਾਂ ਬੈਟਰੀ ਵੀ ਦੇਖ ਲਓ ਬਿਲਕੁਲ ਨਿਊ ਆ ਉਸ ਤੋਂ ਬਾਅਦ ਇਧਰੋਂ ਸਾਰਾ ਕੁਝ ਨਿਊ ਆ ਦੇਖ ਸਕਦੇ ਹੋ ਬਾਕੀ ਤੇ ਹੁਣ ਅੰਦਰੋਂ ਵੀ ਤੁਹਾਨੂੰ ਦਿਖਾ ਦਿੰਦੇ ਆ ਅੰਦਰੋਂ ਸਰ ਕੁਝ ਹੈ ਮੋਡੀਫਿਕੇਸ਼ਨ ਅਲੱਗ ਅਲੱਗ ਕੁਝ ਵੀ ਆ ਚੀਜ਼ ਵੀ ਅਲੱਗ ਤੋਂ ਹਾਂਜੀ ਅੰਦਰੋਂ ਜਿਵੇਂ ਸਟੀਅਰਿੰਗ ਆ ਗਿਆ ਜੀ ਇੰਪੋਰਟਡ ਹਾਂਜੀ ਇਹਦੇ ਵਿੱਚ ਬਾਕੀ ਸੀਡੀ ਸਕਰੀਨ ਵਗੈਰਾ ਟੱਚ ਸਿਸਟਮ ਵਗੈਰਾ ਲੱਗ ਜਾਂਦਾ ਜੇ ਕਸਟਮਰ ਚਾਹੇ ਤਾਂ ਇਹਦੇ ਵਿੱਚ ਸਰ ਏਸੀ ਏਸੀ ਵੀ ਹੈਗੀ ਹੈ ਜੀ ਤੁਹਾਨੂੰ ਗੱਡੀ ਦਿਖਾਉਂਦੇ ਆ ਆਪਾਂ ਆਰਡਰ ਤੇ ਗੱਡੀ ਤਿਆਰ ਹੋਈ ਆ ਉਹ ਏਸੀ ਵਾਲੀ ਵੀ ਤੁਹਾਨੂੰ ਤੇ ਵਿਊਅਰਸ ਅੰਦਰੋਂ ਕੰਡੀਸ਼ਨ ਦੇਖ ਸਕਦੇ ਹੋ ਤੁਸੀਂ ਜਿਸ ਤਰ੍ਹਾਂ ਦੀ ਮੋਡੀਫਿਕੇਸ਼ਨ ਕਰਵਾਉਣੀ ਹੋਵੇ ਕਰਵਾ ਸਕਦੇ ਹੋ ਫਿਲਹਾਲ ਜਿਹੜੀ ਖੜੀ ਸੀਗੀ ਆਪਾਂ ਉਹ ਦਿਖਾਉਣ ਲੱਗੇ ਹਾਂ ਤੇ ਬੈਕ ਸਾਈਡ ਤੋਂ ਵੀ ਤੁਹਾਨੂੰ ਦਿਖਾ ਦਿੰਦੇ ਹਾਂ ਤੇ ਬੈਕ ਸਾਈਡ ਤੋਂ ਕੁਝ ਕੰਡੀਸ਼ਨ ਇਦਾਂ ਦੀ ਆ ਦੇਖ ਲਓ ਠੀਕ ਹੈ ਹੁਣ ਚੱਲਦੇ ਹਾਂ ਕੋਈ ਹੋਰ ਸੈਕਿੰਡ ਗੱਡੀ ਦਿਖਾਉਂਦੇ ਹਾਂ ਤੁਹਾਨੂੰ ਤੇ ਨੈਕਸਟ ਸਰ ਇਹਦੀ ਡਿਟੇਲ ਦੱਸਿਓ ਇਹ ਓਰੀਜਨਲ ਫੋਰਡ ਵਿਲੀਜ ਆ ਗਈ ਜੀ ਇਹ ਟੋਇਟਾ ਇੰਜਨ ਦੇ ਵਿੱਚ ਆ ਗਈ ਇਹਦੇ ਵਿੱਚ ਡੀਏ ਟਰਬੋ ਇੰਜਨ ਵੀ ਮਿਲ ਜਾਏਗਾ ਜੀ ਇਹ ਵੀ ਪਾਵਰ ਸਟੀਅਰਿੰਗ ਪਾਵਰ ਕਲੱਚ ਪਾਵਰ ਬ੍ਰੇਕ ਆ ਸਾਰੀ ਜੋ ਲੋਕਾਂ ਦੀ ਓਰੀਜਨਲ ਮਿਲਟਰੀ ਲੁੱਕ ਦੇ ਵਿੱਚ ਆ ਗਈ ਜਿਵੇਂ ਓਰੀਜਨਲ ਫੋਰਡ ਦਾ ਆਪਾਂ ਸਟੀਅਰਿੰਗ ਵਗੈਰਾ ਲੱਗਦਾ ਸੀ ਡਿਪਰ ਅਸੈਂਬਲੀ ਵਗੈਰਾ ਲਾਈਟਾਂ ਦੀ ਸੋਚ ਹਾਂਜੀ ਆ ਵਾਇਰ ਵਾਇਰ ਕਨੈਕਸ਼ਨ ਟੈਲੀਫੋਨ ਆ ਗਿਆ ਇਹਦਾ ਕੀ ਡਿਮਾਂਡ ਕਰਦੇ ਹੋ ਸਰ ਇਹਦੀ ਡਿਮਾਂਡ ਹੈ 360,000 ਰੁਪਿਆ 360,000
सर एक चीज होर दस्सो, ये मॉडल किन्ना वा? ये जेड़ा मिलिट्री मॉडल दा 2000 है जी, एदी भी न्यू आरसी है, 15 साल पासिंग वाली है, 2024 तक पासिंग है जी एदी भी। ओके ते चलदे हां होर किसे होर गड्डी वाल, ते नेक्स्ट सर एदी भी डिटेल दस्सो। ये पेट्रोल इंजन है जी सुजू दा, ये गड्डी अपनी ऑर्डर ते तैयार हुई है, ये गड्डी कैनेडा जा रही है जी। ओके मतलब बाहर भी, इंडिया तो बाहर भी तुसी भेज दिंदे हो? हां जी, आपां 5 गड्डियां पहला इंपोर्ट कर चुके हैं। ठीक है, ये गड्डी अपनी बाहर जा रही है कैनेडा टोरंटो दे विच ही, ते कस्टमर दी डिमांड ते बनाई गई है सारी। ते व्यूअर्स काफी फेमस ने, ए नहीं है कि असी वीडियो बनाने लगे, काफी फेमस आ, ते तुसी यूट्यूब ते सर्च भी करोगे गुरु नानक जीप बाजार, नंबर 1 ते वीडियो आंदी है इन्हां दी, ते काफी टाइम तो काम करते ने, काफी फेमस भी ने, देख सकते हो जिवें मर्जी तुसी अपने तरीके नाल मॉडिफिकेशन करवा सकते हो। ये ऑर्डर ते बनी है ना सर? ये लेफ्ट हैंड ड्राइव है जी, ऑर्डर ते तैयार हुई है जी। तो व्यूअर्स एक चीज़ होर मैं कहना चाहूँगा, थोड़ू लगे कि कितने कनेडा मतलब कैन दी गल ने भी नहीं भेजेंगे, तो इंडिया के पता भी लैफ्ट लैफ्ट राइट तो थोड़ा आइडिया लग जूगा कि बाहरले देशों के किधरली साइड मतलब चलाते ने, उस चीज़ तो थोड़ा कन्फर्म हो जाना, ये चीज़ भी मन के किसी तरह डाउट ना हो थोड़े। की डिमांड करते हैं सर? ये आप 4.5 लाख की दी है जी। 4.5, ठीक है। ते नेक्स्ट सर ए दी भी डिटेल दस्सियो। ए आ गई जी अपनी ओरिजिनल लुक दे विच, 4x4 wheel drive गड्डी आ गई जी, ए 4x4 आ, फॉर्च्यूनर वाला गियर लग्या हुआ जी, बलेरो टर्बो दा इंजन आ। इंजन सारेयां दे विच न्यू होणगे ना? हां न्यू नहीं, थोड़े यूज्ड हुंदे आ, बिल्कुल कंडीशन बिल्कुल न्यू होगी, इंजन गियर दी गारंटी होगी सारी। ओके ए तो सेल वास्ते है सर? हां जी। की डिमांड करदे हो सर? ਇਹਦੀ ਡਿਮਾਂਡ ਹੈ ਜੀ 4,30,000 ਰੁਪਇਆ। ਓਕੇ ਅਤੇ ਵੀਅਰ 4,30,000 ਡਿਮਾਂਡ ਕਰਦੇ ਨੇ, ਇਸ ਤੋਂ ਇਲਾਵਾ ਜੇ ਕੁਛ ਇਹਦੇ ਵਿੱਚ ਚੇਂਜਿਸ ਕਰਵਾਉਣੇ ਹੋਣ ਉਹ ਵੀ ਕਰਕੇ ਦੇ ਦੇਣਗੇ ਤੁਹਾਨੂੰ। ਇਹਨਾਂ ਦੇ ਇੱਕ ਹੋਰ ਵਰਕਸ਼ਾਪ ਆ ਨਾਲ ਹੀ ਆ ਜਿਹਦੇ ਵਿੱਚ ਮੋਡੀਫਿਕੇਸ਼ਨ ਕਰਦੇ ਵੀ ਨੇ, ਉਹ ਵੀ ਮੈਂ ਤੁਹਾਨੂੰ ਦਿਖਾਊਂਗਾ ਵੀਡੀਓ ਦੇ ਜ਼ਰੀਏ। ਫਿਲਹਾਲ ਹੋਰ ਵੀ ਬਹੁਤ ਸਾਰੀਆਂ ਗੱਡੀਆਂ ਨੇ, ਤੁਹਾਨੂੰ ਬਾਹਰੋਂ ਬਾਹਰੋਂ ਦਿਖਾ ਦੂੰਗਾ ਕੁਛ ਚੀਜ਼ਾਂ। ਦੇਖੋ ਜੀ ਆਹ ਹੁਣ 4x4 wheel drive ਆ ਗਈ ਜੀ, ਇਹਦੇ ਅਲੱਗ ਅਲੱਗ ਲੀਵਰ ਆ, ਹਾਈ ਲੋ ਵਾਲਾ ਅਲੱਗ ਆ, 4x2 wheel ਵਾਲਾ ਅਲੱਗ ਹੈ ਜੀ। ਅਤੇ ਵਿਊਅਰਸ ਇੰਜਨ ਤੁਸੀਂ ਦੇਖ ਸਕਦੇ ਹੋ, ਇਹ ਥੋੜ੍ਹੀ ਜਿਹੀ ਯੂਜ ਨੇ ਨਾ, ਬਿਲਕੁਲ ਬ੍ਰੈਂਡ ਬ੍ਰੈਂਡ ਨਿਊ ਕੰਡੀਸ਼ਨ 'ਚ ਹੁੰਦੇ ਆ ਜੀ। ਅਤੇ ਦੇਖ ਸਕਦੇ ਹੋ ਕੁਛ ਇੱਦਾਂ ਦੀ ਕੰਡੀਸ਼ਨ ਆ। ਅਤੇ ਸਰ ਮਤਲਬ ਕਾਗਜ਼ ਪੱਤਰ ਅਤੇ ਹਰ ਇੱਕ ਮਤਲਬ ਸੈਕਿੰਡ ਹੈਂਡ ਲੈਣ ਲੱਗੇ ਨਾ, ਕਈਆਂ ਦੇ ਮਨ ਦੇ ਵਿੱਚ ਡਰ ਜਿਹਾ ਹੁੰਦਾ ਵੀ ਲਵਾਂ ਨਾ ਲਵਾਂ ਜਾਂ ਧੋਖਾ ਜਾਂ ਇੱਦਾਂ, ਅਤੇ ਕਿਸ ਚੀਜ਼ ਦੀ ਗਾਰੰਟੀ ਦਿੰਦੇ ਹੋ? ਹਰ ਚੀਜ਼ ਦੀ ਗਾਰੰਟੀ ਹੁੰਦੀ ਹੈ ਜੀ, ਆਰਸੀ ਬਿਲਕੁਲ ਓਰਿਜਨਲ ਹੋਊਗੀ, ਕੋਈ ਇਹਦੇ 'ਤੇ ਲੋਨ ਨਹੀਂ ਹੋਊਗਾ, ਕੋਈ ਇਹਦੇ 'ਤੇ ਪੁਲਿਸ ਕਲੇਮ ਨਹੀਂ ਹੋਊਗਾ, ਹਰ ਚੀਜ਼ ਮਤਲਬ ਸਾਰਾ ਕੁਛ ਲਿਖਤੀ ਰੂਪ ਦੇ ਵਿੱਚ ਕੰਪਲੀਟ ਕਰਕੇ ਤੁਸੀਂ ਦੇ ਦਿੰਦੇ? ਪੱਕਾ ਬਿੱਲ ਕੱਟ ਕੇ ਦੇਵਾਂਗੇ ਜੀ ਆਪਾਂ ਆਪਣੀ ਸ਼ੋਪ ਦਾ, ਹਰ ਚੀਜ਼ ਦੀ ਗਾਰੰਟੀ ਹੁੰਦੀ। ਅੱਜ ਦੀ ਨਹੀਂ, ਅੱਜ ਤੋਂ ਕੋਈ 5 ਸਾਲ ਬਾਅਦ ਵੀ ਪੇਪਰ ਵਰਕ 'ਚ ਕੋਈ ਪ੍ਰੋਬਲਮ ਨਿਕਲ ਆਵੇ ਉਹ ਚੀਜ਼ ਦੀ ਵੀ ਗਾਰੰਟੀ ਹੋਊਗੀ। ਠੀਕ ਹੈ, ਅਤੇ ਵੀਵਰਸ ਹੁਣ ਤੁਹਾਨੂੰ ਕੁਛ ਹੋਰ ਵੀ ਗੱਡੀਆਂ ਦਿਖਾਉਂਦੇ ਹਾਂ ਜੋ ਕਿ ਤਿਆਰ ਨੇ ਇਹਨਾਂ ਕੋਲ। ਅਤੇ ਵੀਵਰਸ ਇੱਕ ਗੱਡੀ ਦੇਖੋ, ਹਿਮਾਚਲ ਪ੍ਰਦੇਸ਼ ਜਾਣੀ ਆ, ਦੇਖੋ ਕਿੰਨੇ ਵਧੀਆ ਕੰਡੀਸ਼ਨ ਦੇ ਵਿੱਚ ਆ ਤਿਆਰ। ਜਿਵੇਂ ਆਪਾਂ ਜੀ ਆਹ ਦੇਖੋ, ਬੰਪਰ ਐਕਸਟਰਾ ਲਾਦਾ ਮੋਡੀਫਿਕੇਸ਼ਨ ਵਾਲਾ, ਥਾਰ ਵਾਲਾ, ਠੀਕ ਹੈ, ਇਹਦੇ ਲਾਈਟਾਂ ਵਗੈਰਾ ਐਕਸਟਰਾ ਲੱਗ ਗਈਆਂ LED, ਇਹ ਕਸਟਮਰ ਦੀ ਡਿਮਾਂਡ 'ਤੇ, ਜਿਵੇਂ ਹੁਣ ਫਰੰਟ ਇੰਡੀਕੇਟਰ ਇਹ ਚੇਂਜ ਹੋ ਗਏ। ਬਿਲਕੁਲ, ਇਹਦੇ ਵਿੱਚ ਹੋਰ ਕੀ ਕੀ ਆ ਸਰ ਅਲੱਗ ਤੋਂ? ਅਲੱਗ ਤੋਂ ਇਹਦੇ ਵਿੱਚ ਜਿਵੇਂ ਹੁਣ AC ਲਵਾਇਆ ਜੀ ਕਸਟਮਰ ਨੇ ਆਪਣੀ ਡਿਮਾਂਡ 'ਤੇ, ਮਿਊਜ਼ਿਕ ਸਿਸਟਮ ਵਗੈਰਾ ਲੱਗਿਆ, ਇਹਦੇ ਜਿੱਦਾਂ ਬੈਕ ਦੇ ਉੱਤੇ ਬੈਕ ਲਾਈਟ ਵੀ LED ਆ ਗਈਆਂ ਜੀ ਕਸਟਮਰ ਦੀ ਡਿਮਾਂਡ 'ਤੇ। ਸਰ ਕਿੰਨਾ ਕੁ ਖਰਚਾ ਪਿਆ ਇਸ
ਤਿਆਰ ਕਰਨ ਨੂੰ ਇਹਨੂੰ ਇਹ ਆਪਾਂ ਆਰਡਰ ਤੇ ਗੱਡੀ ਦਿੱਤੀ ਹੈ ਜੀ 460,000 ਰੁਪਏ ਦੀ ਇਹਦੇ ਵਿੱਚ ਆਪਾਂ 뮤직 ਸਿਸਟਮ ਸਾਰਾ ਲਗਾ ਇਹ ਮਤਲਬ ਸਾਰਾ ਕੁਝ ਆਪਣਾ ਹੀ ਸੀ ਸਾਰਾ ਕੁਝ ਇਨਕਲੂਡਡ ਆ ਜੀ ਇਹਦੇ ਵਿੱਚ 460,000 ਮਤਲਬ ਕਸਟਮਰ ਨੇ ਸਿਰਫ ਪੇ ਕਰਨਾ ਹੋਰ ਉਹਨਾਂ ਦੇ ਮਤਲਬ ਕੁਝ ਵੀ ਅਲੱਗ ਤੋਂ ਕੁਝ ਨਹੀਂ ਦਿੱਤੇ ਆਪਾਂ ਚੰਡੀਗੜ੍ਹ ਤੱਕ ਡਿਲੀਵਰੀ ਦੇਣੀ ਹੈ ਜੀ ਗੱਡੀ ਦੀ ਉਹਨਾਂ ਦਾ ਚੰਡੀਗੜ੍ਹ ਰਹਿੰਦੇ ਆ ਚੰਡੀਗੜ੍ਹ ਤੱਕ ਠੀਕ ਹੈ ਸਰ ਇਦਾਂ ਵੀ ਤਾਂ ਹੋ ਸਕਦਾ ਕਿ ਕੋਈ ਜਿਵੇਂ ਕਿ ਇਦਾਂ ਦੀ ਕੋਈ ਗੱਡੀ ਲੈ ਕੇ ਤੁਹਾਨੂੰ ਖੜੀ ਕਰ ਦੇਵੇ ਤੇ ਉਹ ਮੋਡੀਫਿਕੇਸ਼ਨ ਕਰਵਾਣੀ ਹੋਵੇ ਉਹਨਾਂ ਨੇ ਕਰ ਸਕਦੇ ਹੋ ਇਦਾਂ ਵੀ ਆ ਦੇਖੋ ਜੀ ਉਹਨਾਂ ਜਿਪਸੀ ਆ ਇਹ ਰੀਜਨਲ ਮਿਲਟਰੀ ਦੀ ਜਿਪਸੀ ਆਈ ਹੈ 2005 ਮਾਡਲ ਦੀ ਜੀ ਇਹਨੂੰ ਆਪਾਂ ਮੋਡੀਫਾਈ ਕਰਕੇ ਦੇਣਾ ਸਾਰੀ ਕੰਪਲੀਟ ਇਹ ਕਿਸੇ ਕਸਟਮਰ ਨੇ ਤੁਹਾਨੂੰ ਲੈ ਕੇ ਦਿੱਤੇ ਹੈ ਕਿ ਤੁਸੀਂ ਆਪ ਹੀ ਤਿਆਰ ਕਰਕੇ ਦੋਗੇ ਆਪਾਂ ਆਪ ਹੀ ਲਿਆ ਕੇ 30 ਕਸਟਮਰ ਦਾ ਆਰਡਰ ਆਇਆ ਹੋਇਆ ਆਪਾਂ ਜਿਪਸੀ ਤਿਆਰ ਕਰਕੇ ਦੇਣੀ ਹੈ ਇਹ ਮਿਲਟਰੀ ਤੇ ਜਿਪਸੀ ਲਿਆਂਦੀ ਹੈ ਪੈਟਰੋਲ ਵਾਲੀ ਜੀ ਇਹਨੂੰ ਉਹਨਾਂ ਆਪਾਂ ਜਿਵੇਂ ਕਸਟਮਰ ਦੀ ਡਿਮਾਂਡ ਹੋਵੇ ਤਿਆਰ ਕਰਕੇ ਦੇਵਾਂਗੇ ਕਿੰਨਾ ਕੁ ਟਾਈਮ ਲੱਗ ਜਾਂਦਾ ਸਰ ਤਿਆਰ ਕਰਨ ਨੂੰ ਤੇ ਸਰ ਕਿੰਨਾ ਕੁ ਟਾਈਮ ਲੱਗ ਜਾਂਦਾ ਤਿਆਰ ਕਰਨ ਨੂੰ ਮੋਡੀਫਿਕੇਸ਼ਨ ਜੇ ਕਿਸੇ ਨੇ ਕਰਵਾਣੀ ਹੋਣ ਤਾਂ ਜਿਵੇਂ ਜਿਹੜੀ ਤਾਂ ਆਪਣੀ ਆ ਜੀਪ ਆ ਹਾਂਜੀ ਇਹਨੂੰ ਤਾਂ ਆਪਾਂ ਮੰਨ ਕੇ ਚੱਲੋ ਮਹੀਨੇ ਤੋਂ ਡੇਢ ਮਹੀਨਾ ਲੱਗਦਾ ਜੀ ਮਹੀਨਾ ਡੇਢ ਮਹੀਨਾ ਹਾਂਜੀ ਮੈਕਸੀਮਮ ਡੇਢ ਮਹੀਨਾ ਘੱਟੋ ਘੱਟ ਮਹੀਨਾ ਜੀ ਤੇ ਜਿਹੜੀ ਜਿਵੇਂ ਥਾਰ ਵਗੈਰਾ ਆ ਗਈ ਜਾਂ ਜਿਪਸੀ ਆ ਗਈ ਹਾਂਜੀ ਇਹਨਾਂ ਨੂੰ ਮਤਲਬ 2-2.5 ਮਹੀਨੇ ਘੱਟੋ ਘੱਟ ਲੱਗ ਜਾਂਦੇ 2-2.5 ਮਹੀਨੇ ਤੇ ਪੇਮੈਂਟ ਵਗੈਰਾ ਕਿੱਦਾਂ ਹੋਣਗੇ ਜੇ ਕਿਸੇ ਨੇ ਆਰਡਰ ਤੇ ਤਿਆਰ ਕਰਨੀ ਹੋਵੇ ਫਿਰ ਕਿੰਨਾ ਕੁ ਪਹਿਲਾਂ ਪੇ ਕਰੇ ਤੇ ਕਿੰਨਾ ਬਾਅਦ ਵਿੱਚ ਕਿੱਦਾਂ ਹੋ ਉਹ ਚੀਜ਼ ਆਰਡਰ ਹੈ ਪੇਮੈਂਟ ਜਿਵੇਂ ਆਰਡਰ ਵਾਲੇ ਦੀ ਆ ਘੱਟੋ ਘੱਟ ਵੀ 50,000 ਰੁਪਇਆ ਮਿਨੀਮਮ ਪਹਿਲਾਂ ਐਡਵਾਂਸ ਹੈ ਨਾ ਐਡਵਾਂਸ ਲੈਣੇ ਆ ਜੀ ਆਪਾਂ ਠੀਕ ਹੈ ਫਿਰ ਉਸ ਤੋਂ ਬਾਅਦ ਪੇਮੈਂਟ ਜਿਵੇਂ ਵਿੱਚੋਂ ਵੀ ਅਗਲਾ ਦੇ ਸਕਦਾ ਜਾਂ ਗੱਡੀ ਕੰਪਲੀਟ ਹੋਈ ਤੇ ਸਾਰੀ ਤੇ ਮਤਲਬ ਐਡਵਾਂਸ ਦੇ ਕੇ ਤਿਆਰ ਤੁਸੀਂ ਕਰਨੇ ਸ਼ੁਰੂ ਕਰ ਦੋਗੇ ਕੰਮ ਆਪਣਾ ਹੈ ਨਾ ਠੀਕ ਆ ਤੇ ਕਿਸੇ ਨੇ ਵੀ ਆਪਣੀ ਕੋਈ ਹੋਰ ਸੈਕਿੰਡ ਹੈਂਡ ਗੱਡੀ ਕਿਸੇ ਪਾਸੇ ਉਹ ਖਰੀਦ ਕੇ ਤੁਹਾਡੇ ਕੋਲ ਖੜੀ ਕਰਦੇ ਵੀ ਸਾਨੂੰ ਇਹ ਮੋਡੀਫਿਕੇਸ਼ਨ ਕਰ ਦਿਓ ਉਹ ਉਦਾਂ ਵੀ ਕਰ ਸਕਦੇ ਹੋ ਕਰ ਦਾਂਗੇ ਜਿਵੇਂ ਦੀ ਮਰਜ਼ੀ ਅਗਲਾ ਗੱਡੀ ਲੈ ਆਵੇ ਜਿਵੇਂ ਦੀ ਚਾਹੁੰਦਾ ਵਾ ਜੀ ਆਪਦੀ ਗੱਡੀ ਲਿਆ ਕੇ ਦਿੰਦਾ ਸਾਨੂੰ ਤਾਂ ਵੀ ਕਰ ਦਾਂਗੇ ਜੇ ਸਾਡੇ ਕੋਲੋਂ ਲੈਣਾ ਚਾਹੁੰਦਾ ਅਸੀਂ ਆਪਦੇ ਕੋਲੋਂ ਲੈ ਕੇ ਵੀ ਕਰਦੇ ਠੀਕ ਹੈ ਤੇ ਵੀਵਰਸ ਉਮੀਦ ਕਰਦਾ ਜਾਣਕਾਰੀ ਪਸੰਦ ਆਈ ਤੇ ਹੋਰ ਵੀ ਇਹਨਾਂ ਕੋਲੇ ਗੱਡੀਆਂ ਨੇ ਬਾਹਰ ਵੀ ਹੈ ਮੈਂ ਬਾਹਰੋਂ ਵੀ ਤੁਹਾਨੂੰ ਦਿਖਾ ਦਿੰਦਾ ਤੇ ਬਾਹਰੋਂ ਤੇ ਸਰ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਇਹ ਵੀ ਮੋਡੀਫਿਕੇਸ਼ਨ ਲਈ ਆਈ ਹੈ ਹਾਂਜੀ ਇਹ ਦੇਖੋ ਜੀ ਜਿਵੇਂ ਮਿਲਟਰੀ ਦੀ ਗੱਡੀ ਸੀਗੀ ਮਿਲਟਰੀ ਦੀ ਗੱਡੀ ਆਪਣੇ ਕੋਲ ਆਈ ਆ ਮੋਡੀਫਿਕੇਸ਼ਨ ਉਹਨੂੰ ਥਾਰ ਬਣਾਉਣਾ ਜੀ ਆਪਾਂ ਠੀਕ ਹੈ ਇਹਦੀ ਆਪਾਂ ਥਾਰ ਬਣਾਉਣੀ ਹੈ ਠੀਕ ਹੈ ਵੀਵਰਸ ਹੋਰ ਵੀ ਤੁਹਾਨੂੰ ਗੱਡੀਆਂ ਦਿਖਾਉਂਦੇ ਹਾਂ ਜੋ ਕਿ ਸੇਲ ਵਾਸਤੇ ਤੇ ਵੀਵਰਸ ਇਹਨਾਂ ਕੋਲ ਜੀਪ ਤੇ ਥਾਰ ਬਹੁਤ ਸਾਰੇ ਮੋਡੀਫਿਕੇਸ਼ਨ ਕਰਕੇ ਤਿਆਰ ਨੇ ਜੋ ਕਿ ਸੇਲ ਵਾਸਤੇ ਨੇ ਦੇਖ ਸਕਦੇ ਹੋ ਇਹ ਸਾਰੇ ਸੇਲ ਵਾਸਤੇ ਹੀ ਨੇ ਸਰ ਕੀ ਪ੍ਰਾਈਜ਼ ਹੋਣਗੇ ਇਹਨਾਂ ਦੇ ਕੀ ਪ੍ਰਾਈਜ਼ ਹੋਣਗੇ ਜਿਪਸੀ ਡਿਮਾਂਡ ਕਰਦੇ ਹਾਂ ਆਪਾਂ 2,40,000 ਰੁਪਏ ਜੀ 2,40,000 ਕਿੰਨਾ ਮਾਡਲ ਹੈ ਸਰ 2000 ਮਾਡਲ ਹੈ ਜੀ 2000 ਮਾਡਲ ਆ ਸਰ ਨੈਕਸਟ ਇਹਦੀ ਵੀ ਦੱਸ ਦਿਓ ਪ੍ਰਾਈਸ ਇਹ 2.5 ਲੱਖ ਰੁਪਇਆ ਜੀ ਇਹ ਥੋੜੀ ਯੂਜ਼ਡ ਆ ਗੱਡੀ ਠੀਕ ਹੈ ਇਹ 2.5 ਲੱਖ ਆਪਣੇ ਕੋਲ ਸੈਕਿੰਡ ਹੈਂਡ ਵੀ ਜੇ ਕੋਈ ਚਾਹੇ ਤਾਂ ਸੈਕਿੰਡ ਹੈਂਡ ਵੀ ਮਿਲ ਜਾਂਦੀ ਹੈ ਤੇ ਸੈਕਿੰਡ ਹੈਂਡ ਵੀ ਤੁਸੀਂ ਲੈ ਸਕਦੇ ਹੋ ਮੋਡੀਫਿਕੇਸ਼ਨ ਕੀਤੀ ਕਰਾਈ ਹੈ ਪਰ ਸੈਕਿੰਡ ਹੈਂਡ ਵੀ ਲੈ ਸਕਦੇ ਹੋ ਕਿੰਨਾ ਸਰ ਪ੍ਰਾਈਸ ਕਿੰਨਾ ਸੀ ਇਹਦਾ ਇਹ 2.5 ਲੱਖ 2.5 ਲੱਖ ਰੁਪਏ ਬਾਕੀ ਮੌਕੇ ਤੇ ਔਨ ਟੇਬਲ ਡਿਸਕਾਊਂਟ ਹੋ ਜੂਗੇ ਤੁਹਾਨੂੰ ਇਹਦੇ ਦੱਸਿਓ ਸਰ ਇਹ 1,75,000 ਰੁਪਏ ਜੀ 1,75,000 ਇਹ ਨਾਰਮਲ ਜਿਵੇਂ ਪੁਰਾਣੀਆਂ ਜੀਪਾਂ ਪਹਿਲਾਂ ਚੱਲਦੀਆਂ ਸੀ ਉੱਚੇ ਬੋਨਟ ਵਾਲੀਆਂ ਉਹ ਆ ਗਈਆਂ ਜੀ ਠੀਕ ਹੈ ਨੈਕਸਟ ਇਹ ਤੇ ਆ ਜਾਂਦੇ ਆ ਸਰ ਇਹਦੀ ਵੀ ਦੱਸ ਦਿਓ ਪ੍ਰਾਈਸ ਇਹ 3,00,000 ਰੁਪਏ ਜੀ 3,00,000 ਕਿੰਨਾ ਮਾਡਲ ਹੈ ਸਰ ਇਹ 2000 ਮਾਡਲ 2000 ਮਾਡਲ ਤੇ ਇਦਾਂ ਹੀ ਬਹੁਤ ਸਾਰੇ ਨੇ ਇਹਨਾਂ ਕੋਲੇ ਖੜੀ ਜੋ ਕਿ ਸੇਲ ਵਾਸਤੇ ਨੇ ਜਿਵੇਂ ਉਹਨਾਂ ਓਰੀਜਨਲ ਥਾਰ ਵੀ ਸੀਆਰਟੀ ਮਿਲ ਜਾਂਦੀ ਹੈ ਅੱਛਾ ਓਰੀਜਨਲ ਵੀ ਆਪਣੇ ਕੋਲੇ ਮਿਲ ਜਾਣੀ ਹੈ ਇਹ ਵੀ ਸੇਲ ਵਾਸਤੇ ਨੇ ਹਾਂਜੀ ਤੇ ਸਰ ਲਾਸਟ 'ਚ ਐਡਰੈਸ ਸਰ ਜੇ ਕਿਸੇ ਵੀਵਰਸ ਨੇ ਇੱਥੇ ਪਹੁੰਚਣਾ ਹੋਵੇ ਤੇ ਐਡਰੈਸ ਕਿਵੇਂ ਐਡਰੈਸ ਥੋੜਾ ਜਿਹਾ ਸਮਝਾਉਣਾ ਚਾਹੋਗੇ ਵੀ ਕਿੱਦਾਂ ਪਹੁੰਚੇ ਸ਼ਾਪ ਆ ਜੀ ਹੀਰਾ ਸਿੰਘ ਬਿਲਡਿੰਗ ਦੇ ਵਿੱਚ ਓਕੇ ਇਹ ਪੁਰਾਣੀ ਚੁੰਗੀ ਦੇ ਨੇੜੇ ਪੈ ਜਾਂਦੀ ਹੈ ਜੀ ਠੀਕ ਹੈ ਤੇ ਕਿ ਆਪਾਂ ਹੁਣ ਇਧਰਲੇ ਪਾਸੇ ਆਪਣਾ ਫਿਰੋਜ਼ਪੁਰ ਰੋਡ ਆ ਗਿਆ ਇਧਰੋਂ ਫਿਰੋਜ਼ਪੁਰ ਰੋਡ ਆ ਤੇ ਇਧਰੋਂ ਲੁਧਿਆਣੇ ਤੋਂ ਰੋਡ ਆ ਗਿਆ ਜੀ ਠੀਕ ਹੈ ਤੇ ਮੋਗੇ ਦੇ ਮਤਲਬ ਜਿਹੜਾ ਮੇਨ ਚੌਂਕ ਆ ਉੱਥੋਂ ਤੋਂ 1/2 ਕਿਲੋਮੀਟਰ ਆ ਜੀ ਠੀਕ ਹੈ ਜੀ ਕਿਸੇ ਆਪਣੇ ਮੈਪ ਤੇ ਲੋਕੇਸ਼ਨ ਵਗੈਰਾ ਤੇ ਮੈਂਸ਼ਨ ਹੈ ਮੈਪ ਤੇ ਸਰਚ ਕਰਕੇ ਪਹੁੰਚ ਸਕਦੇ ਨੇ ਬਿਲਕੁਲ ਜੀ ਆ ਟੀਵੀਐਸ ਦੀ ਏਜੰਸੀ ਆ ਬਿਲਕੁਲ ਇਹਦੇ ਨਾਲ ਤੇ ਟੀਵੀਐਸ ਦੀ ਏਜੰਸੀ ਆ ਤੇ ਬਾਹਰ ਸਰ ਇਹ ਗੱਡੀਆਂ ਰੋਜ਼ ਲਾਣੇ ਹੋ ਕਿ ਸਿਰਫ ਸੰਡੇ ਨੂੰ ਸਿਰਫ ਸੰਡੇ ਨੂੰ ਲਾਉਂਦੇ ਬਾਕੀ ਦਿਨਾਂ 'ਚ ਆਪਣੇ ਕੋਲ ਅੰਦਰ ਸ਼ਾਪ ਤੇ ਹੁੰਦੀ ਹੈ ਠੀਕ ਹੈ ਤੇ ਵੀਰਸ ਆ ਗਲੀ ਦੇ ਵਿੱਚ ਜਾ ਕੇ ਆ ਕਿਸੇ ਨੂੰ ਵੀ ਪੁੱਛੋਗੇ ਗੁਰੂ ਨਾਨਕ ਜੀਪ ਬਾਜ਼ਾਰ ਤੇ ਤੁਹਾਨੂੰ ਦੱਸ ਦੇਣਗੇ ਜਾਂ ਮੈਪ ਤੇ ਲੋਕੇਸ਼ਨ ਵਗੈਰਾ ਤੇ ਵੀ ਸਰਚ ਕਰਕੇ ਪਹੁੰਚ ਸਕਦੇ ਨੇ ਇਹਨਾਂ ਦੇ ਐਡਰੈਸ ਤੇ ਕੰਟੈਕਟ ਨੰਬਰ ਡਿਸਕ੍ਰਿਪਸ਼ਨ ਦੇ ਵਿੱਚ ਮੈਂਸ਼ਨ ਆ ਤੁਸੀਂ ਉੱਥੋਂ ਵੀ ਕਾਲ ਵਗੈਰਾ ਕਰਕੇ ਸੰਪਰਕ ਕਰ ਸਕਦੇ ਹੋ